ਤੇਰਾ ਪ੍ਰੋਟੈਸਟ ਹੈਗਾ? ਮੈਂ ਗੁਰਮੇਲ ਸਿੰਘ ਮਹਿੜੇ, ਸੂਬਾ ਮੁਖ ਸਲਾਹਕਾਰ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ। ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਆਸ਼ਾ ਵਰਕਰ ਦੀਆਂ ਮੇਨ ਮੰਗਾਂ ਨੂੰ ਲੈ ਕੇ ਡਿਸਟ੍ਰਿਕਟ ਹੈੱਡਕੁਆਰਟਰਾਂ 'ਤੇ ਜ਼ੋਰਦਾਰ ਪ੍ਰੋਟੈਸਟ ਆ ਜਿਹੜੇ ਉਹ ਕਰ ਰਹੇ ਹਾਂ। ਇਹਦਾ ਕਾਰਨ ਇਹ ਆ ਵੀ ਕਰੋਨਾ ਕਾਲ ਦੇ ਵਿੱਚ ਅਤੇ ਉਸ ਤੋਂ ਪਹਿਲਾਂ 2020 ਦੇ ਵਿੱਚ ਆਸ਼ਾ ਦੀ ਜਿਹੜੀ ਫਾਰਮੇਸ਼ਨਾਂ ਦੀ ਭਰਤੀ ਜਿਹੜੀ ਹੋਈ ਉਹਦੇ ਵਿੱਚ ਇਹਨਾਂ ਨੂੰ ਇਨਸੈਂਟਿਵ ਦਿੱਤੇ ਜਾਂਦੇ ਆ, ਕੁਛ ਕਦੇ ਘੱਟ ਜਾਂਦੇ ਆ, ਕਦੇ ਵੱਧ ਜਾਂਦੇ ਆ, ਤਾਂ ਸਰਕਾਰ ਇਹਨਾਂ ਨੂੰ ਵੇਜ ਕੋਈ ਫਿਕਸ ਤਨਖਾਹ ਜਿਹੜੀ ਆ ਉਹ ਨਹੀਂ ਦਿੰਦੀ। ਅਤੇ ਇਹਦੇ ਵਿੱਚ ਹੀ ਸਰਕਾਰ ਨੂੰ ਅਨੇਕਾਂ ਵਾਰ ਮੰਗ ਪੱਤਰ ਦਿੱਤੇ, ਅਨੇਕਾਂ ਵਾਰ ਮੀਟਿੰਗ ਹੋਈਆਂ ਅਤੇ ਵਿੱਤ ਮੰਤਰੀ ਆਪਣਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਅਤੇ ਪੂਰੇ ਪੰਜਾਬ ਦੇ ਅਧਿਕਾਰੀਆਂ ਨਾਲ, ਜਿਹਦੇ ਵਿੱਚ ਸਾਡੇ ਚੀਫ ਸੈਕਟਰੀ ਅਤੇ ਸਿਹਤ ਵਿਭਾਗ ਦੇ ਸੈਕਟਰੀ, ਸਿਹਤ ਵਿਭਾਗ ਦੇ ਡਾਇਰੈਕਟਰ ਸਾਰੇ ਉਹਦੇ ਵਿੱਚ ਹਾਜ਼ਰ ਸੀ। ਅਤੇ ਇਹ ਪੱਕੀ ਤਰ੍ਹਾਂ ਇੱਕ ਫੈਸਲਾ ਹੋ ਗਿਆ ਸਾਡੇ ਨਾਲ, ਸਾਡੀ ਯੂਨੀਅਨ ਦੇ ਨਾਲ, ਸਾਡੇ ਆਗੂਆਂ ਦੇ ਨਾਲ, ਵੀ ਆਸ਼ਾ ਵਰਕਰ ਨੂੰ ਜਿੰਨਾ ਚਿਰ ਅਸੀਂ ਰੈਗੂਲਰ ਕਰਨ ਵੱਲ ਨਹੀਂ ਜਾਂਦੇ ਉਨਾ ਚਿਰ ਅਸੀਂ ਇਹਨਾਂ 'ਤੇ ਹਰਿਆਣਾ ਪੈਟਰਨ ਜਿਹੜਾ ਲਗਭਗ 4500 ਰੁਪਇਆ ਪ੍ਰਤੀ ਮਹੀਨਾ ਇਨਸੈਂਟਿਵ ਆ, ਜਿਹੜੇ 5-4 ਹਜ਼ਾਰ ਰੁਪਏ ਜਿਹੜਾ ਕਰਦੀਆਂ ਨੇ ਉਹ ਇਹਨਾਂ ਨੂੰ ਮਿਲਦੇ ਰਹਿਣਗੇ। ਲੇਕਿਨ ਸਿਹਤ ਮੰਤਰੀ ਦੀ ਜਿਹੜੀ ਫਾਈਲ ਆ ਉਹ ਵਿਭਾਗ ਦੇ ਵਿੱਚ ਅਤੇ ਵਿੱਤ ਵਿਭਾਗ ਦੇ ਵਿੱਚ ਗੇੜੇ ਖਾ ਰਹੇ ਆ, ਕਦੇ ਉੱਪਰ ਕਦੇ ਥੱਲੇ, ਉਹ ਫਾਈਲ 'ਤੇ ਪੰਜਾਬ ਸਰਕਾਰ ਕੋਈ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਨਹੀਂ ਕਰ ਰਹੇ। ਹੁਣ ਸਾਰੀਆਂ ਜਥੇਬੰਦੀਆਂ ਆਪਣਾ ਆਪਣਾ ਜਿਹੜਾ ਹੈਗਾ ਸੰਘਰਸ਼ ਆ ਜਿਹੜਾ ਜ਼ੋਰਦਾਰ ਸੰਘਰਸ਼ ਕਰ ਰਹੀ ਆ। ਆਸ਼ਾ ਵਰਕਰ ਨੇ ਜਿੰਨੀ ਮਤਲਬ ਕੁਰਬਾਨੀ ਕਰੋਨਾ ਕਾਲ ਦੇ ਵਿੱਚ ਕੀਤੀ ਆ, ਸਰਕਾਰ ਨੇ ਕਈ ਕਿਸਮ ਦੇ ਐਲਾਨ ਕੀਤੇ ਵੀ ਜੇ ਕੋਈ ਆਸ਼ਾ ਵਰਕਰ ਪੋਜ਼ਿਟਿਵ ਆ ਜਾਂਦੀ ਆ ਤਾਂ ਉਹਨੂੰ 10,000 ਰੁਪਇਆ ਠੀਕ ਹੋਣ ਤੋਂ ਬਾਅਦ ਉਹਦੀ ਪੇਮੈਂਟ ਕੀਤੀ ਜਾਊ। ਹੁਣ ਸਾਡੇ ਲੁਧਿਆਣੇ ਦੇ ਵਿੱਚ ਹੀ, ਪੂਰੇ ਪੰਜਾਬ 'ਚ ਵੀ ਇਹੋ ਜਿਹੀ ਪੁਜੀਸ਼ਨ ਹੈ, ਲੁਧਿਆਣੇ ਦੇ ਵਿੱਚ ਹੀ 10-12 ਕੁੜੀਆਂ ਸਾਡੀਆਂ ਪੋਜ਼ਿਟਿਵ ਆਈਆਂ, ਪਰ ਸਿਹਤ ਵਿਭਾਗ ਨੇ ਉਹਨਾਂ ਨੂੰ ਉਹ ਜਿਹੜੇ ਪੈਸੇ ਨਾ ਗੌਰਮੈਂਟ ਨੇ ਐਲਾਨੇ ਹੋਏ ਜਾਂ ਕੇਂਦਰ ਸਰਕਾਰ ਤੋਂ ਆਉਣੇ ਆ, ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੇ ਉਹਨਾਂ ਨੂੰ ਉਹ ਵੀ ਪੈਸੇ ਜਿਹੜੇ ਨਹੀਂ ਦਿੱਤੇ। ਅਨੇਕਾਂ ਛੋਟੀਆਂ ਛੋਟੀਆਂ ਮੰਗਾਂ ਨੇ ਜਿਹੜੀਆਂ ਉਹ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਉਲਝਾਇਆ ਜਾ ਰਿਹਾ। ਆਸ਼ਾ ਵਰਕਰ ਦੀ ਜਿਹੜੀ ਡਿਊਟੀ ਆ ਉਹ ਸਿਹਤ ਵਿਭਾਗ ਨਾਲ ਸੰਬੰਧਿਤ ਆ, ਉਹ ਕੰਮ ਸਾਰੇ ਆਸ਼ਾ ਵਰਕਰ ਨੇ ਕਰਨੇ। ਪਰ ਇੱਥੇ ਕੀ ਹੋ ਰਿਹਾ, ਜਿੰਨੇ ਅਧਿਕਾਰੀ ਨੇ ਕਈ ਵਾਰੀ ਆਸ਼ਾ ਵਰਕਰ ਨੂੰ ਕਹਿੰਦੇ ਆ ਡਿਸਪੈਂਸਰੀ ਵਿੱਚ ਝਾੜੂ ਤੂੰ ਮਾਰਨਾ, ਕਈ ਵਾਰੀ ਕਹਿੰਦੇ ਆ ਵੀ ਇਹਦਾ ਤਾਲਾ ਵੀ ਤੂੰ ਖੋਲ੍ਹਣਾ, ਚੌਕੀਦਾਰਾ ਕਰਾਉਣਾ, ਮਤਲਬ ਕਈ ਕਿਸਮ ਦੇ ਕੰਮ ਆ ਜਿਹੜੇ ਕਲਾਸ 4 ਦੇ ਕੰਮ, ਦੂਜੇ ਤੀਜੇ ਦੁਨੀਆ ਭਰ ਦੇ ਕੰਮ ਆ ਜਿਹੜੇ ਉਹ ਆਸ਼ਾ ਵਰਕਰ ਤੋਂ ਲੈ ਜਾਂਦੇ ਆ, ਲੇਕਿਨ ਇਹਨਾਂ ਨੂੰ ਦਿੱਤਾ ਕੁਛ ਨਹੀਂ ਜਾ ਰਿਹਾ। ਇਸ ਲਈ ਅਸੀਂ ਮਤਲਬ ਜ਼ੋਰਦਾਰ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਡੀ ਸੀ ਸਾਹਿਬ ਦੇ ਦਫ਼ਤਰ ਅੱਗੇ, ਕਈ ਵਾਰ ਅੱਗੇ ਵੀ ਧਰਨੇ ਮੁਜ਼ਾਹਰੇ ਕੀਤਾ, ਮੰਗ ਪੱਤਰ ਬਹੁਤ ਵਾਰੀ ਭੇਜੇ ਨੇ, ਅਤੇ ਅੱਜ ਅਸੀਂ ਇਸ ਤੋਂ ਬਾਅਦ ਸਿਵਲ ਸਰਜਨ ਦਫ਼ਤਰ ਵੱਲ ਮਾਰਚ ਕਰਕੇ ਸਿਵਲ ਸਰਜਨ ਨੂੰ ਵੀ ਯਾਦ ਪੱਤਰ ਦੇਣਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਦਾ ਕੀ ਕਰ ਰਹੇ ਹੋ। ਅਸੀਂ ਅੱਜ ਤੁਹਾਡੇ ਨਾਲ ਕਹਿਣਾ ਚਾਹੁੰਦੇ ਹਾਂ ਵੀ ਹੁਣ ਇਮੀਡੀਏਟ, ਜਿਵੇਂ CM ਸਾਹਿਬ ਬਹੁਤ ਐਲਾਨ ਕਰ ਰਹੇ ਨੇ, ਕੋਈ ਅੰਤ ਨਹੀਂ ਹੈ, ਵੱਡੇ ਬੋਰਡ ਲੱਗੇ ਹੋਏ ਆ, 1,000,000 ਮੁਲਾਜ਼ਮਾਂ ਨੂੰ ਦੇਤਾ, 1,000,000 ਪੈਨਸ਼ਨਾਂ ਨੂੰ ਦੇਤਾ, ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਐਕਚੁਲੀ ਚੰਨੀ ਸਾਹਿਬ ਆਪਦੇ ਵਿਭਾਗਾਂ ਤੋਂ, ਵਿੱਤ ਵਿਭਾਗ ਤੋਂ ਪੁੱਛ ਤਾਂ ਲਓ ਵੀ ਜਿਹੜੇ ਪੈਨਸ਼ਨਰ ਨੇ ਉਹਨਾਂ 'ਤੇ ਕੋਈ ਜਿਹੜੀ ਰਿਪੋਰਟ ਆ, ਪੇਕ ਮਹੀਨੇ ਦੀ ਰਿਪੋਰਟ ਆ ਜਿਹੜੀ ਪੈਨਸ਼ਨ 'ਤੇ ਲਾਗੂ ਹੋਈ ਆ ਉਹ ਬਿਲਕੁਲ ਨਹੀਂ ਹੋਈ। ਇਹ ਜਿਹੜਾ ਮਤਲਬ ਇੱਦਾਂ ਦੇ ਐਲਾਨ ਕਰਨੇ ਆ, ਅਤੇ ਜੇ ਕੋਈ ਲੈਟਰ ਕੋਈ ਗਵਰਨਮੈਂਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ, ਆਸ਼ਾ ਦੇ ਕਿਸੇ ਦੇ ਹੱਕ ਦੇ ਵਿੱਚ ਵੀ ਸਰਕਾਰ ਨੋਟੀਫਿਕੇਸ਼ਨ ਕਰਦੀ ਆ, ਉਹਦੇ ਵਿੱਚ 1,000,000 ਪਾਈਆਂ ਹੋ ਨੋਟੀਫਿਕੇਸ਼ਨ ਜਿਹੜੀ ਉਹ ਬਲਾਕ ਕਿਸੇ 'ਤੇ ਲਾਗੂ ਹੀ ਨਹੀਂ ਹੁੰਦੀ। ਕੱਚੇ ਕਰਮਚਾਰੀ ਲਾਗੂ ਕਰਨ ਵਾਲੀ ਗੱਲ, ਉਹ ਘੁਚੋਲਾ ਪਾਇਆ ਹੋਇਆ ਸਿਹਤ ਵਿਭਾਗ, ਆਪਣੇ ਕਾਰਪੋਰੇਸ਼ਨਾਂ ਦੇ, ਨਗਰ ਨਿਗਮਾਂ ਦੇ, ਨਗਰ ਪੰਚਾਇਤਾਂ ਦੇ, ਪੁੱਡਾਂ ਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਸਰਕਾਰ ਕਹਿੰਦੇ ਅਸੀਂ ਰੈਗੂਲਰ ਨਹੀਂ ਕਰਨਾ, ਜੇ ਉਹਨਾਂ ਕੋਲ ਆਪਦੇ ਸਾਧਨ ਹੈਗੇ, ਪੈਸੇ ਹੈਗੇ ਤਾਂ ਰੈਗੂਲਰ ਕਰ ਦੇਣ। ਸਰਕਾਰ ਮਤਲਬ ਪੱਲਾ ਝਾੜ ਰਹੀ ਆ, ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਆ, ਅਤੇ ਆਸ਼ਾ ਵਰਕਰ ਜਿੰਨਾ ਮਤਲਬ ਇਹਨੂੰ ਡਿਪਾਰਟਮੈਂਟ ਮੰਨ ਰਿਹਾ ਵੀ ਜਿਹੜੇ ਆਸ਼ਾ ਵਰਕਰ ਆ ਸਿਹਤ ਵਿਭਾਗ ਦੀ ਉਹ ਰੀੜ੍ਹ ਦੀ ਹੱਡੀ ਆ। ਆਸ਼ਾ ਵਰਕਰ ਦੇ ਕਰੋਨਾ ਕਾਲ ਦੇ ਵਿੱਚ ਵੀ ਸਾਰਾ ਕੁਛ ਆ ਇਹਨਾਂ ਦੇ ਸਿਰ 'ਤੇ ਸੀ, ਇਹਦੀ ਜਿੱਤ ਪ੍ਰਾਪਤ ਹੋਈ ਜਿਹੜਾ ਕਰੋਨਾ 'ਤੇ ਅਸੀਂ ਕਾਬੂ ਪਾਇਆ। ਪਰ ਜਦੋਂ ਕਹਿੰਦੇ ਹਾਂ ਵੀ ਇਹਨਾਂ ਨੂੰ ਕੁਛ ਦੇ ਦਿਓ, ਇਹਨਾਂ ਦਾ ਕੋਈ ਮਤਲਬ ਇਹਨਾਂ ਨੂੰ ਕੋਈ ਸੇਵਾ ਫਲ 'ਚ ਵਾਧਾ ਕਰ ਦਿਓ, ਹਰਿਆਣਾ ਪੈਟਰਨ ਲਾਗੂ ਕਰਦੇ, ਇਹਨਾਂ ਨੂੰ ਕੁਛ ਦਿਓ, ਉਦੋਂ ਪੰਜਾਬ ਸਰਕਾਰ ਦੇ ਮਤਲਬ ਸਾਰਾ ਖਜ਼ਾਨਾ ਜਿਹੜਾ ਉਹਨੂੰ ਗੋਲੀ ਲੱਗ ਜਾਂਦੀ ਆ ਖਜ਼ਾਨੇ ਦੇ ਵਿੱਚ, ਕਹਿੰਦੇ ਕੋਈ ਪੈਸਾ ਹੀ ਨਹੀਂ ਇਹਨਾਂ ਵਾਸਤੇ। ਅਸੀਂ ਅੱਜ ਕਹਿਣਾ ਚਾਹੁੰਦੇ ਵੀ ਵੋਟਾਂ ਦੇ ਵਿੱਚ ਸਾਰੇ ਐਲਾਨ ਹੋ ਰਹੇ ਨੇ, ਕਿਤੇ ਪਾਣੀ ਦੇ ਬਿੱਲ ਮਾਫ਼ ਹੋ ਰਹੇ ਆ, ਕਿਤੇ ਬਿਜਲੀ ਦੇ ਮੁੱਲ ਮਾਫ਼ ਹੋ ਰਿਹਾ, ਕਦੇ ਕੱਚੇ ਕਰਨ ਵਾਲੀ ਗੱਲ, ਕਦੇ ਪੱਕੇ ਕਰਨ ਵਾਲੀ, ਅਨੇਕਾਂ ਕਿਸਮ ਦੀਆਂ ਗੱਲਾਂ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਆਸ਼ਾ ਵਰਕਰ ਪੂਰੇ ਪੰਜਾਬ ਦੇ ਵਿੱਚ ਅੱਜ ਧਰਨੇ ਮੁਜ਼ਾਹਰੇ ਕਰ ਰਹੀਆਂ, ਇਹਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨੋ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਐਕਸ਼ਨ ਅਸੀਂ ਤੇਜ਼ ਕਰਾਂਗੇ ਅਤੇ ਉਹ ਕੁਛ ਵੀ ਹੋ ਸਕਦਾ। ਅਸੀਂ ਮਤਲਬ ਆਰ ਪਾਰ ਦੀ ਲੜਾਈ ਲੜਨ ਲਈ ਵੀ ਤਿਆਰ ਹੋਵਾਂਗੇ ਜੇਕਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ। ਧੰਨਵਾਦ। ਹਾਂਜੀ, ਜਿਹੜਾ DC ਦੇ ਦਫ਼ਤਰ ਤੁਸੀਂ ਅੱਜ ਆਏ ਹੋ, ਪ੍ਰਦਰਸ਼ਨ ਕਰ ਰਹੇ ਹੋ, ਕੀ ਕਾਰਨ ਹੈਗਾ? ਹਾਂਜੀ, ਮੇਰਾ ਨਾਮ ਬਲਬੀਰ ਕੌਰ ਹੈ, ਮੈਂ ਆਲ ਇੰਡੀਆ ਆਸ਼ਾ ਵਰਕਰ ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਜਨਰਲ ਸੈਕਟਰੀ। ਅਸੀਂ ਪਿਛਲੇ 8 ਹਜ਼ਾਰ ਧਰਨਾ ਲਾਉਣ ਆਏ ਹਾਂ, ਜੋ ਕਿ ਆਸ਼ਾ ਵਰਕਰ ਪਿਛਲੇ 13 ਸਾਲ ਤੋਂ ਨੂਣੇ ਭੱਤਿਆਂ ਦੇ ਕੰਮ ਕਰ ਰਹੇ ਨੇ। ਉਹਨਾਂ ਨੂੰ ਕੋਈ
ਪਿੱਛੇ ਤੁਹਾਡੀ ਮੰਗਾ ਕੁਝ ਮੰਨੀਆਂ ਗਈਆਂ ਸੀ ਉਹ ਕਿਹੜੀਆਂ ਮੰਗਾਂ ਸੀ ਉਹਨਾਂ ਨੇ 2500 ਰੁਪਏ ਫਿਕਸ ਕਰਨ ਦੀ ਮੰਗ ਮੰਨੀ ਸੀ ਅਤੇ ਇੱਕ ਆਸ਼ਾ ਵਰਕਰ ਜੇ ਪ੍ਰੈਗਨੈਂਟ ਹੁੰਦੀ ਉਹਨੂੰ 3 ਮਹੀਨੇ ਦੀ ਪ੍ਰਸੂਤਾ ਛੁੱਟੀ ਕਰੀ ਸੀਗਾ ਪਰ ਉਹਦੇ ਲਈ ਹਜੇ ਤੱਕ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਹੁਣ ਸਾਡੀ ਪਿਛਲੇ ਸਾਲ ਹਰਿਆਣਾ ਪੈਟਰਨ ਦੀ ਮੰਗ ਵੀ ਮੰਨੀ ਸੀ ਪਰ ਉਹਦੇ ਲਈ ਵੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਉਹਦਾ ਅਸੀਂ ਵਿਰੋਧ ਕਰਨ ਲਈ ਅੱਜ ਇੱਥੇ ਅਸੀਂ ਇਕੱਠੇ ਅਤੇ ਇੱਕ ਮੈਡੀਕਲ ਇੰਸ਼ੋਰੈਂਸ ਜਿਹੜੀ ਸੀਗੀ ਤੁਹਾਡੀ ਤੁਸੀਂ ਕਹੀ ਸੀ ਮੈਡੀਕਲ ਇੰਸ਼ੋਰੈਂਸ ਹੋਵੇ ਆਸ਼ਾ ਵਰਕਰ ਦੀ ਕੋਈ ਕੁਛ ਨਹੀਂ ਹੋ ਰਿਹਾ ਜੀ ਬਿਲਕੁਲ ਝੂਠ ਬੋਲਦੇ ਲਾਰੇ ਲਾ ਕੇ ਸਾਨੂੰ ਐਵੇਂ ਟਰਕਾਈ ਜਾਂਦੇ ਨੇ ਇਸੇ ਕਰਕੇ ਅਸੀਂ ਉਹਦਾ ਵਿਰੋਧ ਕਰਨ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਆਪਣੀ ਜਿਹੜੀ ਸਰਕਾਰ ਤੱਕ ਮੰਗ ਡੀਸੀ ਸਾਹਿਬ ਰਾਹੀਂ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਅਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਜਿਹੜੀ ਹੈ ਸਾਨੂੰ ਮੀਟਿੰਗ ਬੁਲਾ ਕੇ ਸਾਡੀਆਂ ਜਿਹੜੀਆਂ ਫੌਰੀ ਤੌਰ 'ਤੇ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰੇ ਔਰ ਅਗਲੀਆਂ ਜਿਹੜੀਆਂ ਮੰਗਾਂ ਸਾਡੀਆਂ ਪੈਂਡਿੰਗ ਪਈਆਂ ਨੇ ਉਹਨਾਂ 'ਤੇ ਵਿਚਾਰ ਕਰਕੇ ਸਾਡੇ ਨਾਲ ਵਾਅਦਾ ਕਰੇ ਕਿ ਸਾਨੂੰ ਦੇਣ ਆਸ਼ਾ ਵਰਕਰਾਂ ਦੇ ਚੁੱਲ੍ਹੇ ਜਿਹੜੇ ਚੱਲਣੇ ਔਖੇ ਹੋਏ ਹੋਏ ਨੇ ਜਿਹੜੇ ਇਨਸੈਂਟਿਵ ਬਹੁਤ ਘੱਟ ਹੈਗੇ ਕੰਮ ਬਹੁਤ ਜ਼ਿਆਦਾ ਕਰੋਨਾ ਦੀ ਮਹਾਂਮਾਰੀ ਦੇ ਵਿੱਚ ਆਸ਼ਾ ਵਰਕਰਾਂ ਜਿਹੜੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੋਵਿਡ ਦੇ ਮਰੀਜ਼ਾਂ ਨੂੰ ਅਸੀਂ ਦੇਖ ਰੇਖ ਵੀ ਕੀਤੀ ਆ ਫਤਿਹ ਕਿੱਟਾਂ ਵੀ ਵੰਡੀਆਂ ਨੇ ਉਹਨਾਂ ਦੇ ਹੁਣ ਇੰਜੈਕਸ਼ਨ ਵੀ ਲਗਵਾ ਰਹੇ ਹਾਂ ਅਸੀਂ ਘਰ ਘਰ ਜਾ ਕੇ ਪਰ ਇਹਦੇ ਸਾਨੂੰ 2500 ਰੁਪਏ ਨਗੂਣੇ ਜੇ ਭੱਤੇ 'ਤੇ ਸਾਰਾ ਕੰਮ ਕਰਵਾਇਆ ਜਾ ਰਿਹਾ ਜਿਹਦੇ ਨਾਲ ਸਾਡੇ ਬੱਚਿਆਂ ਦਾ ਗੁਜ਼ਾਰਾ ਸਾਡੇ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੈਗਾ ਇਸ ਕਰਕੇ ਅਸੀਂ ਆਪਣੇ ਕੰਮਾਂ ਨੂੰ ਦੇਖਦੇ ਹੋਏ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹ ਸਰਕਾਰ ਜਿਹੜੀ ਹੈਗੀ ਸਾਡੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਹੱਲ ਕਰਕੇ ਸਾਨੂੰ ਉਹਦਾ ਹਰਿਆਣਾ ਪੈਟਰਨ ਲਾਗੂ ਕਰੇ ਜਾਂ ਸਾਨੂੰ ਫਿਕਸ ਸੈਲਰੀ ਦਾ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਗੇ ਕੀ ਸਟੈਪ ਲਉਂਗੇ ਜੇ ਮੰਗਾਂ ਸਰਕਾਰ ਨਹੀਂ ਮੰਨਦੀ ਅਸੀਂ 24-25 ਤਰੀਕ ਤੋਂ ਪਹਿਲਾਂ ਹੀ ਹੜਤਾਲ 'ਤੇ ਚੱਲ ਰਹੇ ਹਾਂ ਅਤੇ ਅਸੀਂ ਕੋਵਿਡ ਦੇ ਸਾਰੇ ਕੰਮਾਂ ਦਾ ਵਿਰੋਧ ਕੀਤਾ ਹੋਇਆ ਅਤੇ ਫਿਰ ਇਸੇ ਤਰ੍ਹਾਂ ਸਾਡਾ ਵਿਰੋਧ ਜਾਰੀ ਰਹੂਗਾ ਅਤੇ ਅਸੀਂ ਸੜਕਾਂ 'ਤੇ ਬੈਠਾਂਗੇ ਜਦੋਂ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਫਿਰ ਅਸੀਂ ਆਪਣਾ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਕਰਾਂਗੇ ਅਸੀਂ ਸਾਡੇ ਘਰਾਂ ਤੱਕ ਇਹ ਆਉਣਗੇ ਅਤੇ ਫਿਰ ਇਹਨਾਂ ਤੋਂ ਅਸੀਂ ਸਵਾਲ ਪੁੱਛਾਂਗੇ।